ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤੁਹਾਨੂੰ ਅਸੀਂ ਆਪਣੇ ਪਿੰਡ ਦੀ ਸੈਰ ਕਰਵਾਈ ਆ ਅਤੇ ਸਾਡਾ ਪਿੰਡ ਇਹ ਬਹੁਤ ਇਤਿਹਾਸਿਕ ਪਿੰਡ ਆ ਇਹ ਬਹੁਤ ਪੁਰਾਣਾ ਪਿੰਡ ਆ ਅਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਵੀ ਇਸ ਪਿੰਡ ਦੇ ਵਿੱਚ ਆਏ ਹੋਏ ਨੇ ਵੀਰ ਪੈਗੰਬਰ ਵੀ ਰਹੇ ਨੇ ਇਸ ਪਿੰਡ ਦੇ ਵਿੱਚ ਅਤੇ ਸ਼ੇਰ ਖਾਂ ਸੂਰੀ ਜੀ ਨੇ ਜਿਹੜਾ ਰਾਜਾ ਸੀ ਉਹਨੇ ਕਿਲ੍ਹਾ ਵੀ ਬਣਾਇਆ ਹੋਇਆ ਉਹਦੇ ਸਾਡੇ ਪਿੰਡ ਦੇ ਵਿੱਚ ਅਤੇ ਬਹੁਤ ਪੁਰਾਣਾ ਪਿੰਡ ਆ ਇਤਿਹਾਸਿਕ ਪਿੰਡ ਆ ਇਹ ਅੱਜ ਤੁਹਾਨੂੰ ਅਸੀਂ ਆਪਣੇ ਪਿੰਡ ਦੀ ਸੈਰ ਕਰਾਵਾਂਗੇ ਰਾਹੇ ਪਿੰਡ ਦੀ ਅਤੇ ਜਦੋਂ ਤੁਸੀਂ ਦਿੱਲੀ ਤੋਂ ਆਉਂਦੇ ਹੋ ਆਹ ਰੋਡ ਦਿੱਲੀ ਤੋਂ ਆਉਂਦਾ ਆ ਅਤੇ ਇਹ ਪੁਲ ਆ ਜਦੋਂ ਇਹ ਪੁਲ ਖਤਮ ਹੁੰਦਾ ਇਹ ਨਾਲ ਹੀ ਸਾਹਮਣੇ ਗੇਟ ਬਣਿਆ ਹੋਇਆ ਆ ਯਾਦਗਾਰੀ ਗੇਟ ਆ ਇਹ ਪੁਰਾਣਾ ਗੇਟ ਬਣਿਆ ਹੋਇਆ ਅਤੇ ਗੇਟ ਦੇ ਨਾਲ ਹੀ ਉਹ ਦੇਖੋ ਵੱਡੀ ਬਿਲਡਿੰਗ ਹੋਸਪਿਟਲ ਦੀ ਵੀ ਬਣੀ ਹੋਈ ਆ ਅਤੇ ਹੋਸਪਿਟਲ ਬਣ ਕੇ ਤਿਆਰ ਹੋ ਗਿਆ ਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸੁਭਾਵਨਾ ਵੀ ਛੇਤੀ ਉਹ ਇਹ ਜਲਦ ਹੀ ਚਾਲੂ ਹੋ ਜਾਣਾ ਆ ਇਹਨੇ ਅਤੇ ਹਜ਼ਾਰਾਂ ਲੋਕਾਂ ਨੂੰ ਸਸਤਾ ਅਤੇ ਵਧੀਆ ਇਲਾਜ ਮਿਲੂਗਾ ਅਤੇ ਅੱਜ ਤੁਹਾਨੂੰ ਅਸੀਂ ਆਪਣੇ ਪਿੰਡ ਦੀ ਸੈਰ ਕਰਵਾਉਣੀ ਆ ਤੁਹਾਨੂੰ ਛੇਵੇਂ ਪਾਤਸ਼ਾਹ ਦਾ ਸਥਾਨ ਜਿਹੜੀਆਂ ਹੋਰ ਬਾਕੀ ਪੁਰਾਣੀਆਂ ਸਾਡੀਆਂ ਇਤਿਹਾਸਿਕ ਇਮਾਰਤਾਂ ਨੇ ਤੁਹਾਨੂੰ ਵੀ ਦਿਖਾਵਾਂਗੇ ਆ ਜਾਓ ਤੁਹਾਨੂੰ ਅੱਜ ਦਰਾਹੇ ਪਿੰਡ ਦੀ ਸੈਰ ਕਰਾਉਂਦੇ ਹਾਂ ਆਓ ਚੱਲੀਏ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਦਮਦਮਾ ਸਾਹਿਬ ਆ ਪਾਤਸ਼ਾਹ ਛੇਵੀਂ ਦਾ ਸਥਾਨ ਆ ਛੇਵੇਂ ਪਾਤਸ਼ਾਹ ਨਾ ਜਦੋਂ ਦਿੱਲੀ ਤੋਂ ਲਾਹੌਰ ਨੂੰ ਚੰਦੂ ਨੂੰ ਨੱਥ ਪਾ ਕੇ ਲੈ ਕੇ ਗਏ ਨੇ ਉਦੋਂ ਇਸ ਸਥਾਨ 'ਤੇ ਲਗਭਗ 3 ਮਹੀਨੇ ਰਹੇ ਨੇ ਅਤੇ ਇਹ ਉਹ ਸਥਾਨ ਆ ਛੇਵੇਂ ਪਾਤਸ਼ਾਹ ਦਾ ਜੀ ਮੀਰੀ ਪੀਰੀ ਦੇ ਮਾਲਕ ਦਾ ਸਥਾਨ ਆ ਜੀ ਇਹ ਇਹ ਗੁਰਦੁਆਰਾ ਜੀ ਆਪਣਾ ਪਾਤਸ਼ਾਹੀ ਛੇਵੀਂ ਪਿੰਡ ਦਰਾਹਾ ਵਿਖੇ ਅਤੇ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਇੱਕ ਮੀਰੀ ਦਾ ਇੱਕ ਪੀਰੀ ਦਾ ਇਹ ਆ ਗੁਰਦੁਆਰਾ ਸਾਹਿਬ ਸਾਡੇ ਪਾਤਸ਼ਾਹੀ ਛੇਵੀਂ ਦਾ ਇਹ ਆ ਜੀ ਸਾਡਾ ਸੋਹਣਾ ਪਿੰਡ ਦਰਾਹਾ ਮੇਰਾ ਪਿੰਡ ਦਰਾਹਾ ਜੀ ਬਹੁਤ ਸੋਹਣਾ ਪਿੰਡ ਆ ਸਾਡਾ ਇਹ ਅਤੇ ਇਤਿਹਾਸਿਕ ਪਿੰਡ ਆ ਪੁਰਾਣਾ ਪਿੰਡ ਆ ਸਾਡਾ ਇਹ ਬਣਿਆ ਹੋਇਆ ਬਹੁਤ ਵੱਡਾ ਪਿੰਡ ਆ ਇਹ ਕੋਈ ਛੋਟਾ ਜਿਹਾ ਪਿੰਡ ਨਹੀਂ ਹੈਗਾ ਸਾਡਾ ਇਹ ਅਤੇ ਇਹਦੇ ਨਾਲ ਆ ਕਿਲ੍ਹਾ ਬਣਿਆ ਹੋਇਆ ਕਿਲ੍ਹੇ ਦੀ ਕੰਧ ਆ ਗਈ ਅਤੇ ਕਿਲ੍ਹੇ ਵੀ ਤੁਹਾਨੂੰ ਦਿਖਾਉਂਦੇ ਹਾਂ ਅੱਜ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਕਿਲ੍ਹਾ ਆ ਅਤੇ ਇਹਦੇ ਵਿੱਚ ਛੇਵੇਂ ਪਾਤਸ਼ਾਹ ਨਾ ਦੀਵਾਨ ਸਜਾਉਂਦੇ ਰਹੇ ਨੇ ਕਹਿੰਦੇ ਦੀਵਾਨ ਲਾਉਂਦੇ ਰਹੇ ਨੇ ਕਿਲ੍ਹੇ ਦੇ ਅੰਦਰ ਤੁਹਾਨੂੰ ਅੱਜ ਇਹ ਕਿਲ੍ਹਾ ਵੀ ਦਿਖਾਉਂਦੇ ਹਾਂ ਅਤੇ ਇਹ ਆ ਮੇਰਾ ਪਿੰਡ ਜੀ ਇਹ ਆ ਕਿਲ੍ਹਾ ਜੀ ਇਤਿਹਾਸਿਕ ਕਿਲ੍ਹਾ ਦਰਾਹੇ ਪਿੰਡ ਦੇ ਵਿੱਚ ਸ਼ੇਰ ਖਾਂ ਸੂਰੀ ਦੇ ਸਮੇਂ ਦਾ ਕਿਲ੍ਹਾ ਅੰਦਰ ਮਸਜਿਦ ਬਣੀ ਹੋਈ ਆ ਅਤੇ ਸਾਡਾ ਮੁਸਲਮਾਨ ਭਾਈਚਾਰਾ ਉਰੇ ਆ ਕੇ ਨਮਾਜ਼ ਪੜ੍ਹਦਾ ਆ ਨਮਾਜ਼ ਅਦਾ ਕਰਦਾ ਆ ਇਹ ਕਿਲ੍ਹੇ ਦੇ ਵਿੱਚ ਬਣੀ ਹੋਈ ਆ ਇਹ ਕਿਲ੍ਹੇ ਦੇ ਅੰਦਰ ਹੀ ਮਸਜਿਦ ਬਣੀ ਹੋਈ ਆ ਅਤੇ ਇਹ ਕਿਲ੍ਹੇ ਦਾ ਵਿਊ ਆ ਬਹੁਤ ਸੋਹਣਾ ਕਿਲ੍ਹਾ ਬਣਿਆ ਹੋਇਆ ਇਹ ਬਹੁਤ ਵੱਡਾ ਕਿਲ੍ਹਾ ਆ ਵੀ ਅਤੇ ਦੇਖੋ ਰੌਣਕਾਂ ਲੱਗਦੀਆਂ ਹੋਣਗੀਆਂ ਜਦੋਂ ਛੇਵੇਂ ਪਾਤਸ਼ਾਹ ਉਰੇ ਦੀਵਾਨ ਸਜਾਉਂਦੇ ਹੋਣੇ ਆ ਸੰਗਤਾਂ ਅੰਦਰ ਇਕੱਠੀਆਂ ਹੁੰਦੀਆਂ ਹੋਣੀਆਂ ਨੇ ਹੈ ਨਾ ਉਹ ਯਾਦ ਕਰਕੇ ਦੇਖਿਓ ਕਦੇ ਸਮਾਂ ਇਹ ਆ ਜੀ ਇਤਿਹਾਸਿਕ ਕਿਲ੍ਹਾ ਸਾਡੇ ਪਿੰਡ ਸ਼ੇਰ ਖਾਂ ਸੂਰੀ ਦਾ ਅਤੇ ਵਿੱਚ ਕੋਈ ਅੰਦਰ ਹੋਇਆ ਇਤਿਹਾਸ ਦਾ ਲਿਖਿਆ ਤੁਹਾਨੂੰ ਜ਼ਰੂਰ ਦੱਸਦੇ ਹਾਂ ਅਤੇ ਇਹ ਆ ਇਤਿਹਾਸਿਕ ਕਿਲ੍ਹਾ ਸਾਡੇ ਪਿੰਡ ਇਹ ਮਸਜਿਦ ਆ ਜੀ ਕਿਲ੍ਹੇ ਦੇ ਅੰਦਰ ਬਣੀ ਹੋਈ ਆ ਇਹ ਮਸਜਿਦ ਬਹੁਤ ਪੁਰਾਣੀ ਮਸਜਿਦ ਆ ਇਹ ਇਤਿਹਾਸਿਕ ਮਸਜਿਦ ਆ ਇਹ ਕਿਲ੍ਹੇ ਦੇ ਅੰਦਰ ਨਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਆ ਅਤੇ ਦੁਬਾਰਾ ਕਿਲ੍ਹੇ ਨੂੰ ਉਹੀ ਰੰਗਤ ਦੇ ਰਹੇ ਨੇ ਕੰਮ ਚੱਲ ਰਿਹਾ ਆ
ਇਹ ਖੂਹ ਵੀ ਆ ਕਿਲੇ ਦੇ ਅੰਦਰ ਬਣਿਆ ਹੋਇਆ ਛੋਟਾ ਜਿਹਾ ਖੂਹ ਆ ਇਹ ਪਾਣੀ ਭਰਦੇ ਹੁੰਦੇ ਸੀ ਇਹਦੇ ਵਿੱਚੋਂ ਜਦੋਂ ਪੀਂਦੇ ਹੋਣੇ ਸਮੇਂ ਦੇ ਹਿਸਾਬ ਨਾਲ ਇਹ ਖੂਹ ਆ ਵਿੱਚ ਬਣਿਆ ਹੋਇਆ ਇਹ ਆ ਜੀ ਕਿਲ੍ਹਾ ਸਾਡੇ ਪਿੰਡ ਦਾ ਸ਼ੇਰ ਖਾਂ ਸੂਰੀ ਦੇ ਵੇਲੇ ਦਾ ਇਤਿਹਾਸਕ ਕਿਲ੍ਹਾ ਹੈ ਇਹ ਆ ਇਤਿਹਾਸਕ ਕਿਲ੍ਹਾ ਸਾਡੇ ਪਿੰਡ ਇਹ ਮਸਜਿਦ ਆ ਵਿੱਚ ਸ਼ੇਰ ਖਾਂ ਸੂਰੀ ਦੇ ਵੇਲੇ ਦਾ ਕਿਲ੍ਹਾ ਹੈ ਇਹ ਪੌੜੀਆਂ ਨੇ ਕਿਲ੍ਹੇ ਦੇ ਉੱਤੇ ਨੂੰ ਜਾਣ ਲਓ ਉੱਤੇ ਜਾ ਰਹੇ ਹਾਂ ਅਸੀਂ ਇਹ ਉੱਪਰੋਂ ਆ ਦ੍ਰਿਸ਼ ਅਤੇ ਇਹ ਵੀ ਉੱਪਰ ਨੂੰ ਫਿਰ ਜਾਂਦੀਆਂ ਪੌੜੀਆਂ ਕਿਲ੍ਹੇ ਦੇ ਉੱਤੇ ਨੂੰ ਆਹ ਵਿੱਚ ਬਣੀਆਂ ਹੋਈਆਂ ਨੇ ਰੂਮ ਜਿਹੇ ਵਿੱਚ ਜਗ੍ਹਾ ਜੀ ਆ ਕਿਲ੍ਹੇ ਦੇ ਅੰਦਰ ਜਾਣੀ ਗਰਮੀਆਂ ਦੇ ਵਿੱਚ ਨਾ ਆਹ ਪਿਛਲੇ ਪਾਸੇ ਖੇਤ ਨੇ ਗਰਮੀਆਂ ਦੇ ਵਿੱਚ ਬਹੁਤ ਠੰਡੀ ਹਵਾ ਆਉਂਦੀ ਆ ਇੱਥੋਂ ਬਹੁਤ ਸੋਹਣੀ ਹਵਾ ਆਉਂਦੀ ਆ ਠੰਡੀ ਹਵਾ ਆਉਂਦੀ ਆ ਇਹ ਅੰਦਰਲੇ ਦ੍ਰਿਸ਼ ਨੇ ਉੱਪਰ ਆ ਗਏ ਅਸੀਂ ਉੱਪਰਲੇ ਪਾਸੇ ਬਣੀਆਂ ਹੋਈਆਂ ਨੇ ਇਹ ਕਬੂਤਰ ਨੇ ਡਰਾਤਾ ਸੀ ਇਹ ਬੈਕ ਸਾਈਡ ਆ ਕਿਲ੍ਹੇ ਦਾ ਇਹਦੀ ਰਿਪੇਅਰ ਚੱਲ ਰਹੀ ਆ ਕੰਮ ਚੱਲ ਰਿਹਾ ਇਹਦਾ ਅਤੇ ਕਿਲ੍ਹਾ ਹੈ ਸਾਡੇ ਪਿੰਡ ਵਾਲਾ ਭਾਈ ਜੀ ਦੇਖੋ ਔਰ ਇੰਨੀ ਹਵਾ ਠੰਡੀ ਹੁੰਦੀ ਆ ਬਹੁਤ ਜ਼ਿਆਦਾ ਬਹੁਤ ਸੋਹਣਾ ਦ੍ਰਿਸ਼ ਆ ਦੇਖੋ ਕਿਲ੍ਹੇ ਦਾ ਬਹੁਤ ਸੋਹਣਾ ਬਣਿਆ ਹੋਇਆ ਆਹੋ ਜਿਹੜੇ ਸਾਹਮਣੇ ਤੁਹਾਨੂੰ ਦਰਖਤ ਦਿਖ ਰਹੇ ਨੇ ਨਾ ਸਾਹਮਣੇ ਇੱਥੇ ਬੌਲੀ ਆ ਜਿਹੜੇ ਕਿਲ੍ਹੇ ਦੇ ਵਿੱਚੋਂ ਕਹਿੰਦੇ ਸੁਰੰਗ ਜਾਂਦੀ ਹੁੰਦੀ ਸੀ ਇਹ ਬੌਲੀ ਦੇ ਵਿੱਚ ਅਸੀਂ ਛੋਟੇ ਹੁੰਦੇ ਇਹੀ ਸੁਣਦੇ ਆਏ ਹਾਂ ਅਤੇ ਇਹਦੇ ਵਿੱਚ ਨਹੀਂ ਕਹਿੰਦੇ ਰਾਣੀਆਂ ਇਸ਼ਨਾਨ ਕਰਦੀਆਂ ਹੁੰਦੀਆਂ ਸੀ ਇਹਦੇ ਵਿੱਚ ਪਾਣੀ ਹੁੰਦਾ ਸੀ ਬੌਲੀ ਅਤੇ ਇੱਥੇ ਇੱਕ ਇਤਿਹਾਸਕ ਖੂਹ ਵੀ ਆ ਬਹੁਤ ਵੱਡਾ ਖੂਹ ਆ ਅਤੇ ਮੈਂ ਵੀ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਐਡਾ ਖੂਹ ਦੇਖਿਆ ਆ ਬਹੁਤ ਵੱਡਾ ਖੂਹ ਆ ਉਰੇ ਅਤੇ ਇਹ ਕਿਲ੍ਹੇ ਦੇ ਵਿੱਚੋਂ ਕਹਿੰਦੇ ਰਾਹ ਜਾਂਦਾ ਹੁੰਦਾ ਸੀਗਾ ਥੱਲੇ ਦੀ ਸੁਰੰਗ ਉਹ ਬੌਲੀ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਦਿਖਾਵਾਂਗੇ ਅੱਜ ਨਾ ਇਹ ਕਿਲ੍ਹੇ ਦੇ ਉੱਪਰ ਦੀ ਗੈਲਰੀ ਆ ਆ ਆ ਉਹ ਜਿਹੜਾ ਕਹਿੰਦੇ ਵੀ ਜਿਹੜੀ ਕਿਲ੍ਹੇ ਦੇ ਪਿੱਛੇ ਬੌਲੀ ਬਣੀ ਹੋਈ ਜਿਹੜੀ ਰਾਣੀਆਂ ਜਾਂਦੀਆਂ ਸੀ ਨਹਾਉਣ ਇਹ ਆਹ ਰਸਤਾ ਜਾਂਦਾ ਕਹਿੰਦੇ ਆਹ ਸੁਰੰਗ ਜਾਂਦੀ ਆ ਵਿੱਚ ਨੂੰ ਅੰਦਰ ਤਾਂ ਹਨੇਰਾ ਪਿਆ ਦੇਖੋ ਉਹ ਦੂਰ ਤੱਕ ਦੀਆਂ ਨਾ ਕਹਿੰਦੇ ਵੀ ਇਹ ਸੁਰੰਗ ਜਾਂਦੀ ਸੀ ਅੰਦਰ ਨੂੰ ਅਤੇ ਉਹ ਬੌਲੀ ਦੇ ਵਿੱਚ ਦੀ ਰਾਣੀਆਂ ਨਿਕਲਦੀਆਂ ਸੀ ਉੱਥੇ ਇਸ਼ਨਾਨ ਕਰਦੀਆਂ ਸੀ ਇੱਧਰ ਨੂੰ ਵਾਪਸ ਮੁੜ ਆਉਂਦੀਆਂ ਸੀਗੀਆਂ ਇਹ ਆ ਸੁਰੰਗ ਉਹ ਇਹ ਆ ਉਹ ਰਸਤਾ ਇਹ ਰੂਮ ਸੀ ਛੋਟੇ ਛੋਟੇ ਕਮਰੇ ਨੇ ਜਾਣੀ ਇੱਕ ਖੰਡ ਦੇ ਲਾ ਲਓ ਚਾਹੇ ਆਪਣੇ ਛੋਟੇ ਛੋਟੇ ਕਮਰੇ ਨੇ ਇਹਦੇ ਵਿੱਚ ਜਿਹੜੇ ਸੈਨਾਪਤੀ ਹੋਣੇ ਆ ਉਹ ਰਹਿੰਦੇ ਹੋਣੇ ਇਹਨਾਂ ਦੇ ਵਿੱਚ ਇਹ ਕਮਰੇ ਨੇ ਛੋਟੇ ਛੋਟੇ ਕਮਰੇ ਨੇ ਇਹ ਆ ਤੁਹਾਨੂੰ ਇੱਕ ਕਮਰਾ ਦਿਖਾਉਂਦੇ ਹਾਂ ਅਸੀਂ ਆਹ ਦੇ ਛੋਟੇ ਛੋਟੇ ਕਮਰੇ ਨੇ ਇਹ ਸੈਨਾਪਤੀ ਰਹਿੰਦੇ ਹੋਣੇ ਇਹਦੇ ਵਿੱਚ ਇੱਕ ਨਾ ਕਿਲ੍ਹੇ ਦੇ ਵਿੱਚ ਇੱਥੇ ਇੱਕ ਆ ਉਰੇ ਇੱਕ ਨਾ ਹੁਣ ਤਾਂ ਚਲੋ ਇਹ ਰਿਪੇਅਰ ਦਾ ਕੰਮ ਚੱਲ ਰਿਹਾ ਕਹਿੰਦੇ ਉਹ ਇੱਕ 14ਵਾਂ ਕਮਰਾ ਹੁੰਦਾ ਸੀ ਜਦੋਂ ਛੋਟੇ ਹੁੰਦੇ ਸਾਨੂੰ ਬਹੁਤ ਡਰਾਉਂਦੇ ਕਹਿੰਦੇ 14ਵਾਂ ਕਮਰਾ ਇਹ ਦਿੱਲੀ ਜਾਂਦੀ ਇਹਦੀ ਸੁਰੰਗ ਵੀ ਇਹ 'ਚ ਐਂ ਰਹਿੰਦਾ ਭੂਤ ਰਹਿੰਦਾ ਫਲਾਣਾ ਰਹਿੰਦਾ ਅਸੀਂ ਮਾੜਾ ਜਿਹਾ ਵਿੱਚ ਵੜਨਾ ਭੱਜ ਕੇ ਫਿਰ ਬਾਹਰ ਨੂੰ ਆ ਜਾਣਾ ਅਤੇ ਇੱਥੇ ਆ ਸਾਹਮਣੇ 14ਵਾਂ ਕਮਰਾ ਹੁੰਦਾ ਸੀ ਉਹ ਇਹ ਕਿਲ੍ਹੇ ਦੀ ਬਾਹਰਲੀ ਬਾਉਂਡਰੀ ਆ ਇਹ ਬਾਹਰਲੀ ਬਾਉਂਡਰੀ ਆ ਕਿਲ੍ਹੇ ਦੀ ਇਹ ਨਾਲ ਬਾਹਰਲੀ ਬਾਉਂਡਰੀ ਆ ਕਿਲ੍ਹੇ ਦੇ ਨਾਲ ਹੁਣ ਅੱਗੇ ਲੈ ਕੇ ਚੱਲਦੇ ਹਾਂ ਅਸੀਂ ਉਹ ਦਿਖਾਉਂਦੇ ਹਾਂ ਬੌਲੀ ਜਿਹਦੇ ਵਿੱਚ ਰਾਣੀਆਂ ਇਸ਼ਨਾਨ ਕਰਦੀਆਂ ਹੁੰਦੀਆਂ ਸੀ ਨਹਾਉਂਦੀਆਂ ਹੁੰਦੀਆਂ ਸੀ ਉਹ ਤੁਹਾਨੂੰ ਦਿਖਾਉਂਦੇ ਹਾਂ ਗਾਹਾਂ ਆ ਇਹ ਕਿਲ੍ਹੇ ਦਾ ਨਾ ਬੈਕ ਸਾਈਡ ਵਾਲਾ ਹਿੱਸਾ ਆ ਪਿਛਲੇ ਪਾਸੇ ਆ ਅਤੇ ਇੱਥੋਂ ਜਾਣੀ ਕਹਿੰਦੇ ਜਾਂਦੀ ਸੀ ਸੁਰੰਗ ਉਹ ਪਿੱਛੇ ਨੂੰ ਬੌਲੀ ਕੋਲ ਨੂੰ ਜਿੱਥੇ ਰਾਣੀਆਂ ਕਹਿੰਦੇ ਇਸ਼ਨਾਨ ਕਰਦੀਆਂ ਸੀ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਪਿੱਛੇ ਆ ਜਗ੍ਹਾ ਹੋਏ ਕਿਲ੍ਹੇ ਦਾ ਬੈਕ ਸਾਈਡ ਵਾਲਾ ਹਿੱਸਾ ਆ ਜਿਹੜੀ ਤੁਹਾਨੂੰ ਸੁਰੰਗ ਦਿਖਾਈ ਸੀ ਅਸੀਂ ਹੈ ਨਾ ਪਿੱਛੇ ਤੁਸੀਂ ਦੇਖ ਚੁੱਕੇ ਹੋ ਆਹ ਕਿਲ੍ਹਾ ਆ ਅਤੇ ਕਿਲ੍ਹੇ ਦੀ ਬੈਕ ਸਾਈਡ 'ਤੇ ਪਿੱਛੇ ਦੀ ਰਾਹ ਆ ਨਾਲ ਅਤੇ
ਉਰੇ ਬੌਲੀ ਆ ਜਾਂਦੀ ਆ, ਅਸੀਂ ਉੱਥੇ ਖੜ੍ਹੇ ਹਾਂ ਹੁਣ ਅਤੇ ਇੱਥੇ ਬੌਲੀ ਆ, ਤੁਹਾਨੂੰ ਦਿਖਾਉਂਦੇ ਹਾਂ, ਆ ਜਾਓ ਤੁਹਾਨੂੰ ਦਿਖਾਉਂਦੇ ਹਾਂ ਬੌਲੀ, ਅਤੇ ਜਿਹੜੀ ਕਹਿੰਦੇ ਰਾਣੀਆਂ ਉਰੇ ਇਸ਼ਨਾਨ ਕਰਦੀਆਂ ਹੁੰਦੀਆਂ, ਆ ਉਰੇ ਬੌਲੀ ਆ, ਇਹਦੇ ਵਿੱਚ ਕਹਿੰਦੇ ਨਾ ਰਾਣੀਆਂ ਇਸ਼ਨਾਨ ਕਰਦੀਆਂ ਹੁੰਦੀਆਂ, ਕਿਲੇ ਦੇ ਜਿਹੜੀ ਤੁਹਾਨੂੰ ਸੁਰੰਗ ਦਿਖਾਈ ਉਹਦੇ ਵਿੱਚ ਦੀ ਕਹਿੰਦੇ ਥੱਲੇ ਦੀ ਰਾਹ ਆਉਂਦਾ ਸੀ, ਅਤੇ ਆਹ ਬੌਲੀ ਆ, ਇੱਥੇ ਆ ਜਾਂਦੇ ਸੀਗੀਆਂ ਰਾਣੀਆਂ ਨਹਾਉਣ, ਬਹੁਤ ਪੁਰਾਤਨ ਬੌਲੀ ਆ ਇਹ, ਦੇਖ ਲਓ ਤੁਸੀਂ ਛੇਵੇਂ ਪਾਤਸ਼ਾਹ ਦੇ ਟਾਈਮ ਦੇ ਵੇਲੇ ਦੀ ਜਾਂ ਤੋਂ ਪਹਿਲਾਂ ਦਾ ਇਹ ਚੀਜ਼ ਆ ਇਹ, ਉਰੇ ਇਹ ਬੌਲੀ ਬਣੀ ਹੋਈ ਆ ਉਰੇ, ਅਤੇ ਆਹ ਬੌਲੀ ਆ, ਇੱਥੇ ਜਾਣੀ ਉਹ ਕਹਿੰਦੇ ਸੁਰੰਗ ਨਿਕਲਦੀ ਸੀਗੀ, ਆਹ ਸੁਰੰਗ ਉਰੇ ਆਉਂਦੀ ਸੀਗੀ ਸੁਰੰਗ, ਉਹ ਆਹ ਬੌਲੀ ਆ ਉਹ, ਹੁਣ ਤਾਂ ਲੋਕ ਵਿੱਚ ਕਚਰਾ ਕੁਚਰਾ ਸੁੱਟੀ ਜਾਂਦੇ ਨੇ ਹੈ ਨਾ, ਪਰ ਆਹ ਬੌਲੀ ਸੀ ਉਹ, ਇਹਦੇ ਵਿੱਚ ਆ ਕੇ ਇਸ਼ਨਾਨ ਕਰਦੀਆਂ ਹੁੰਦੀਆਂ ਸੀਗੀਆਂ ਰਾਣੀਆਂ, ਇਹ ਬੌਲੀ ਆ ਉਹ, ਆਹ ਬੌਲੀ ਆ, ਬੌਲੀ ਦੇ ਵਿੱਚ ਉੱਤਰ ਰਿਹਾ ਮੈਂ, ਆਹ ਬੌਲੀ ਆ, ਆਹ ਬੌਲੀ ਆ ਉਹ, ਅਤੇ ਆਹ ਉਹਦੇ ਅੰਦਰ ਦਾ ਦ੍ਰਿਸ਼ ਆ ਬੌਲੀ ਦੇ ਦਾ, ਅਤੇ ਆਹ ਖੂਹ ਆ ਜੀ, ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਐਡਾ ਖੂਹ, ਐਡਾ ਘੇਰਾ ਖੂਹ ਦਾ, ਇਹਦਾ ਬਹੁਤ ਵੱਡਾ ਘੇਰਾ ਆ ਖੂਹ ਦਾ, ਇਹ ਬੌਲੀ ਦਾ ਅੰਦਰ ਦਾ ਦ੍ਰਿਸ਼ ਆ, ਇਹ ਬੌਲੀ ਅੰਦਰੋਂ ਆ, ਦੇਖੋ ਤੁਸੀਂ ਖੂਹ ਦਾ ਘੇਰਾ ਦੇਖੋ ਕੱਡਾ, ਇਹ ਲਗਭਗ ਮੇਰੇ ਹਿਸਾਬ ਨਾਲ 600 ਸਾਲ ਪੁਰਾਣਾ ਖੂਹ ਹੋਣਾ, ਦੇਖੋ ਇਹਦਾ ਘੇਰਾ ਦਾ, ਦੇਖੋ ਖੂਹ ਦਾ ਕੱਡਾ ਆ, ਬਹੁਤ ਵੱਡਾ ਘੇਰਾ ਖੂਹ ਦਾ, ਦੇਖੋ ਆਹ ਦੇਖੋ ਤੇ ਬਹੁਤ ਵੱਡਾ ਘੇਰਾ ਆ ਖੂਹ ਦਾ, ਇਹ ਤੁਹਾਨੂੰ ਉੱਪਰੋਂ ਵੀ ਦਿਖਾਉਂਦੇ ਖੂਹ, ਇਹਦੇ ਉੱਤੇ ਹੁਣ ਨਾ ਦਰਖਤ ਉੱਗਿਆ, ਇਹ ਬੌਲੀ ਆ ਇਹ, ਅਤੇ ਦਿਖਾਉਂਦੇ ਤੁਹਾਨੂੰ ਖੂਹ ਦੇ ਉੱਤੇ ਚੜ੍ਹ ਕੇ ਖੂਹ ਵੀ ਦਿਖਾਉਂਦੇ ਤੁਹਾਨੂੰ, ਆਹ ਖੂਹ ਆ ਇੱਥੇ, ਆਹ ਖੂਹ ਆ, ਆਹ ਖੂਹ ਆ ਇਹ, ਇਹ ਤੁਹਾਨੂੰ ਦਿਖਾਉਂਦੇ ਖੂਹ, ਆਹ ਆ ਖੂਹ ਬਾਈ ਜੀ, ਐਡਾ ਖੂਹ ਦਾ ਘੇਰਾ ਆਪਾਂ ਤਾਂ ਕਦੇ ਦੇਖਿਆ ਨਹੀਂ, ਦੇਖੋ ਖੂਹ ਦਾ ਘੇਰਾ ਦੇਖੋ ਕੱਡਾ ਆ, ਦੇਖੋ ਕੱਡਾ ਵੱਡਾ ਖੂਹ ਆ, ਪੁਰਾਤਨ ਖੂਹ ਆ ਇਹ, ਲਗਭਗ 600 ਸਾਲ ਪੁਰਾਣਾ ਖੂਹ ਹੋਣਾ ਇਹ, ਘੇਰਾ ਦੇਖੋ ਖੂਹ ਦਾ ਕੱਡਾ ਆ, ਇਹ ਆ ਬੌਲੀ ਜੀ ਜਿੱਥੇ ਰਾਣੀਆਂ ਇਸ਼ਨਾਨ ਕਰਦੀਆਂ ਹੁੰਦੀਆਂ ਸੀਗੀਆਂ, ਆ ਕੇ ਉਰੇ ਕਿਲੇ ਦੇ ਵਿੱਚੋਂ ਸੁਰੰਗ ਆਉਂਦੀ ਸੀਗੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਅਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰ ਲਏ ਤੁਸੀਂ, ਕਿਲ੍ਹਾ ਵੀ ਤੁਹਾਨੂੰ ਦਿਖਾਤਾ, ਅਤੇ ਇਹ ਤੀਜੀ ਇਤਿਹਾਸਿਕ ਜਗ੍ਹਾ ਆ ਬਾਬਾ ਬੇਰੀ ਸਾਹਿਬ ਆ ਇਹ ਜਗ੍ਹਾ, ਅਤੇ ਬਹੁਤ ਇਤਿਹਾਸਿਕ ਜਗ੍ਹਾ ਆ, ਲੋਕਾਂ ਦੀਆਂ ਬਹੁਤ ਮਾਨਤਾਵਾਂ ਪੂਰੀਆਂ ਹੁੰਦੀਆਂ ਨੇ, ਅਤੇ ਬਹੁਤ ਪੁਰਾਣੀ ਜਗ੍ਹਾ ਇਹ ਬਾਬਾ ਬੇਰੀ ਸਾਹਿਬ ਜਗ੍ਹਾ ਆ ਇਹ, ਅਤੇ ਲੱਖਾਂ ਸ਼ਰਧਾਲੂ ਉਰੇ ਆਉਂਦੇ ਨੇ, ਉਰੇ ਮੇਲਾ ਵੀ ਭਰਦਾ ਆ, ਬਹੁਤ ਮੇਲਾ ਭਰਦਾ ਆ, ਅਤੇ ਆ ਜਾਓ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਬਾਬਾ ਬੇਰੀ ਸਾਹਿਬ ਦੇ, ਆਓ ਚੱਲੀਏ ਅੰਦਰ ਨੂੰ, ਬਹੁਤ ਇਤਿਹਾਸਿਕ ਜਗ੍ਹਾ ਇਹ, ਪੁਰਾਣੀ ਆ ਜਗ੍ਹਾ ਬਹੁਤ ਬਣੀ ਹੋਈ, ਅਤੇ ਵੀਰਵਾਰ ਨੂੰ ਹਰ ਇੱਕ ਵੀਰਵਾਰ ਨੂੰ ਉਰੇ ਅਤੇ ਮੇਲੇ ਵਾਂਗ ਇਕੱਠ ਹੁੰਦਾ ਆ, ਅਤੇ ਲੱਖਾਂ ਲੋਕ ਆਉਂਦੇ ਨੇ ਉਰੇ ਮੰਨਤਾਂ ਮੰਗਦੇ ਨੇ, ਅਤੇ ਹਰ ਇੱਕ ਦੀ ਮੁਰਾਦ ਪੂਰੀ ਹੁੰਦੀ ਆ, ਬਾਬਾ ਬੇਰੀ ਸਾਹਿਬ ਆ ਇਹ, ਕਿਲ੍ਹੇ ਦੇ ਬੈਕ ਸਾਈਡ ਦੇ ਉੱਤੇ ਜਗ੍ਹਾ ਬਣੀ ਹੋਈ ਆ ਇਹ, ਇਹ ਵੀ ਮੇਰੇ ਪਿੰਡ ਦੇ ਵਿੱਚ ਆ ਤੀਜੀ ਇਤਿਹਾਸਿਕ ਜਗ੍ਹਾ ਇਹ, ਬਾਬਾ ਬੇਰੀ ਸਾਹਿਬ ਜਗ੍ਹਾ ਕੀ ਇਹ ਸਾਡੇ ਪਿੰਡ ਦੇ ਵਿੱਚ ਬਣੀ ਹੋਈ ਆ, ਬਾਬਾ ਬੇਰੀ ਸਾਹਿਬ ਇਤਿਹਾਸਿਕ ਜਗ੍ਹਾ ਹੈ, ਬਹੁਤ ਪੁਰਾਣੀ ਜਗ੍ਹਾ ਹੈ, ਲੋਕ ਆਉਂਦੇ ਨੇ ਆਪਣੀਆਂ ਮੰਨਤਾਂ ਮੰਗਦੇ ਨੇ, ਪੂਰੀਆਂ ਹੁੰਦੀਆਂ ਨੇ, ਮੁਰਾਦਾਂ ਬਹੁਤ ਇਤਿਹਾਸਿਕ ਜਗ੍ਹਾ ਹੈ। ਇਹ ਆ ਜੀ ਇਤਿਹਾਸਿਕ ਬੇਰੀ ਆ ਇਹ, ਜਾਣੀ ਸਾਨੂੰ ਦੇਖਦੇ ਹਨ, ਜਾਣੀ 40 ਸਾਲ ਦਾ ਸਾਨੂੰ ਦੇਖਦੇ ਹੋਣਗੇ, ਉਰੇ ਉਵੇਂ ਹੀ ਖੜੀ ਆ, ਹਰੀ ਐਨ ਬੇਰੀ ਇਹ ਇਤਿਹਾਸਿਕ ਬੇਰੀ ਆ ਇਹ, ਜਾਣੀ ਇਹ ਪਹਿਲਾਂ ਕਹਿੰਦੇ ਅੰਦਰ ਹੁੰਦੀ ਸੀਗੀ ਅਤੇ ਅੰਦਰੋਂ ਟੁੱਟ ਗਈ ਸੀ ਅਤੇ ਟੇਢੀ ਹੋ ਕੇ ਬਾਹਰ ਹਰੀ ਹੋ ਗਈ ਸੀਗੀ, ਅਤੇ ਇਤਿਹਾਸਿਕ ਬੇਰੀ ਆ ਇਹ, ਬਹੁਤ ਪੁਰਾਣੀ ਬੇਰੀ ਆ ਇਹ ਆ ਮੇਨ ਬੇਰੀ, ਦੇਖੋ ਅੱਜ ਵੀ ਐਨ ਹਰੀ ਭਰੀ ਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਚੌਥੀ ਇਤਿਹਾਸਿਕ ਜਗ੍ਹਾ ਸਾਡੇ ਪਿੰਡ ਦੀ, ਬਾਬੇ ਪੰਜ ਪੀਰ ਜਗ੍ਹਾ ਇਹ, ਅਤੇ ਬਹੁਤ ਖੂਬਸੂਰਤ ਬਣੀ ਹੋਈ, ਵਧੀਆ ਬਣੀ ਹੋਈ ਆ ਇਹ, ਅਤੇ ਅੱਜ ਤੁਹਾਨੂੰ ਅੰਦਰੋਂ ਦਰਸ਼ਨ ਕਰਾਉਣੇ ਇਹਨਾਂ ਦੇ ਜੀ। ਆਓ ਚੱਲੀਏ। ਇਹ ਆ ਜੀ ਬਾਬੇ ਪੰਜ ਪੀਰ ਜਗ੍ਹਾ ਸਾਡੇ ਬਣੀ ਹੋਈ, ਅਤੇ ਪੰਜ ਪੀਰ ਨੇ ਦੇਖੋ ਇਹ ਬਣੇ ਹੋਏ, ਅਤੇ ਪੰਜ ਪੀਰ ਜਗ੍ਹਾ ਆ ਹੈ। ਇੱਥੋਂ ਵੀ ਲੋਕਾਂ ਦੀਆਂ ਬਹੁਤ ਮੁਰਾਦਾਂ ਪੂਰੀਆਂ ਹੁੰਦੀਆਂ ਨੇ, ਲੋਕ ਉਰੇ ਆਉਂਦੇ ਨੇ ਅਤੇ ਸੇਵਾ ਕਰਦੇ ਨੇ। ਬਾਬਾ ਬਰੀ ਦੇ ਮੇਲੇ ਤੋਂ ਬਾਅਦ ਨਾ, ਬਾਬਾ ਬਰੀ ਸਾਹਿਬ ਦੇ ਮੇਲੇ ਤੋਂ ਬਾਅਦ ਬਾਬੇ ਪੰਜ ਪੀਰ ਦਾ ਫਿਰ ਮੇਲਾ ਹੁੰਦਾ ਆ। ਇਹ ਵੀ ਬਹੁਤ ਸ਼ਰਧਾ ਨਾਲ ਅਤੇ ਬਹੁਤ ਵਧੀਆ ਢੰਗ ਨਾਲ ਉਰੇ ਵੀ ਪੰਜ ਪੀਰ ਸਾਹਿਬ ਵੀ ਮੇਲਾ ਮਨਾਇਆ ਜਾਂਦਾ ਆ। ਇਹ ਆ ਬਾਬੇ ਪੰਜ ਪੀਰ ਜਗ੍ਹਾ ਸਾਡੇ, ਅਤੇ ਇਹ ਵੀ ਸਾਡੇ ਪਿੰਡ ਦੀ ਇਤਿਹਾਸਿਕ ਜਗ੍ਹਾ, ਬਹੁਤ ਪੁਰਾਣੀ ਜਗ੍ਹਾ ਬਣੀ ਹੋਈ ਆ, ਜਿਹੜੀ ਸਾਡੇ ਤਾਂ ਜਨਮ ਤੋਂ ਪਹਿਲਾਂ ਦੀਆਂ ਜਗ੍ਹਾ ਬਣੀਆਂ ਹੋਈਆਂ ਨੇ। ਇਹ ਬਹੁਤ ਇਤਿਹਾਸਿਕ ਜਗ੍ਹਾ ਆ ਇਹ ਬਾਬੇ ਪੰਜ ਪੀਰ। ਅਤੇ ਆਹ ਸਾਹਮਣੇ ਇੱਕ ਦਰਗਾਹ ਬਣੀ ਹੋਈ ਆ, ਉਹ ਸਾਹਮਣੇ ਉਰੇ ਇੱਕ ਦਰਗਾਹ ਆ, ਉਰੇ ਸਾਹਮਣੇ ਬਣੀ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਵੀ ਸਾਡੇ ਪਿੰਡ ਦੇ ਵਿੱਚ ਆ, ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਨਾ ਮੰਦਰ ਬਣਿਆ ਹੋਇਆ ਆ, ਅਤੇ ਧਰਮਸ਼ਾਲਾ ਵੀ ਆ, ਅਤੇ ਇਹ ਮੰਦਰ ਬਣਾਇਆ ਹੋਇਆ ਉਹਨਾਂ ਦੇ ਨਾਮ 'ਤੇ, ਅਤੇ ਹਰ ਇੱਕ ਸਾਲ ਉਹਦੇ ਨਗਰ ਕੀਰਤਨ ਕੱਢਿਆ ਜਾਂਦਾ ਆ ਬਹੁਤ ਸ਼ਰਧਾ ਨਾਲ, ਸੰਗਤ ਦੇ ਸਹਿਯੋਗ ਨਾਲ, ਬਹੁਤ ਧੂਮਧਾਮ ਨਾਲ। ਅਤੇ ਇਹ ਆ ਜੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਰ ਬਣਿਆ ਹੋਇਆ। ਜਗ੍ਹਾ ਸ਼ਾਨਦਾਰ ਆ ਜੀ, ਦੇਖੋ ਦਰਖਤ ਲੱਗੇ ਹੋਏ ਨੇ, ਕਿੰਨੇ ਸੋਹਣੇ ਲੱਗਦੇ ਨੇ, ਅਤੇ ਮਨ ਨੂੰ ਜਿਹੜੀ ਸਕੂਨ ਮਿਲਦਾ, ਸ਼ਾਂਤੀ ਮਿਲਦੀ ਆ। ਦੇਖੋ ਕਿੰਨਾ ਸੋਹਣਾ ਲੱਗਦਾ ਆ, ਨੇਚਰ ਆ, ਕੁਦਰਤ ਆ, ਅਤੇ ਕਿੰਨਾ ਸੋਹਣਾ ਲੱਗਦਾ ਆ, ਕਿੰਨੀ ਸੋਹਣੀ ਜਗ੍ਹਾ ਬਣਾਈ ਹੋਈ ਆ ਇਹ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮੰਦਰ ਬਣਿਆ ਹੋਇਆ ਹੈ, ਬਹੁਤ ਸੋਹਣਾ ਬਣਿਆ ਹੋਇਆ ਆ। ਇਹ ਵੀ ਸਾਡੇ ਪਿੰਡ ਦੇ ਵਿੱਚ ਆ ਜੀ, ਦਰਾਹੇ ਦੇ ਵਿੱਚ। ਇਹ ਆ ਜੀ ਗਰਾਊਂਡ ਸਾਡੇ ਪਿੰਡ ਦਾ, ਇਹ ਆ ਗਰਾਊਂਡ, ਇੱਥੇ ਬੱਚੇ ਖੇਡਦੇ ਨੇ, ਹੁਣ ਵੀ ਲੱਗੇ ਹੋਏ ਨੇ ਖੇਡਣ ਨੌਜਵਾਨ, ਅਤੇ ਇਹ ਗਰਾਊਂਡ ਆ ਜਿਹੜੀ, ਇਹ ਤਾਂ ਚੀਜ਼ਾਂ ਬਹੁਤ ਜ਼ਰੂਰੀ ਨੇ। ਆਹ ਗਰਾਊਂਡ ਸਾਡੇ ਪਿੰਡ ਦਾ, ਬਹੁਤ ਸੋਹਣਾ ਗਰਾਊਂਡ ਬਣਿਆ ਹੋਇਆ ਇਹ ਸਾਡੇ ਪਿੰਡ ਦਾ। ਬਾਕੀ ਇਹਦਾ ਵੀ ਹਲੇ ਕੰਮ ਥੋੜ੍ਹਾ ਬਹੁਤ ਰਹਿੰਦਾ ਆ, ਉਹ ਚੱਲ ਰਿਹਾ ਆ, ਅਤੇ ਬਹੁਤ ਸੋਹਣਾ ਗਰਾਊਂਡ ਆ ਇਹ ਸਾਡੇ ਪਿੰਡ 'ਚ। ਬੱਚੇ ਖੇਡਣਗੇ ਤਾਂ ਹੀ ਤੰਦਰੁਸਤ ਰਹਿਣਗੇ ਜੀ। ਇਹ ਆ ਜੀ ਮੇਰੇ ਪਿੰਡ ਦਾ ਛੱਪੜ, ਤੁਸੀਂ ਯਕੀਨ ਮੰਨਿਓ ਮੇਰੇ ਹਿਸਾਬ ਨਾਲ ਐਡਾ ਛੱਪੜ ਹੁੰਦਾ ਨਹੀਂ ਕਿਸੇ ਵੀ ਪਿੰਡਾਂ ਦੇ ਵਿੱਚ। ਇਹ 15 ਕਿੱਲੇ ਦੇ ਵਿੱਚ ਛੱਪੜ ਸੀ, ਇਹ 15 ਕਿੱਲੇ ਦੇ ਵਿੱਚ ਆ, ਇਹ ਇੰਨੀ ਜਗ੍ਹਾ ਦੇ ਲਓ ਛੱਪੜ ਦੀ। ਇਹ ਆ ਜੀ ਮੇਰੇ ਦਰਾਹੇ ਪਿੰਡ ਦਾ ਪ੍ਰਾਇਮਰੀ ਸਕੂਲ,
ਤੇ ਇਹ ਤਾਂ ਬਿਲਡਿੰਗ ਹੁਣ ਨਵੀਂ ਬਣ ਗਈ ਜਣੀ ਇਹ 1961 ਦੇ ਵਿੱਚ ਬਣਿਆ ਸੀ ਇਹਦੀ ਇੱਕ ਨਾ ਇੱਕ ਚੀਜ਼ ਸਾਂਭੀ ਹੋਈ ਆ ਹਲੇ ਜਿਹੜੀ ਪੁਰਾਣੀ ਆ ਬਾਕੀ ਤਾਂ ਇਹ ਬਿਲਡਿੰਗ ਨਵੀਂ ਬਣ ਗਈ ਆਓ ਤੁਹਾਨੂੰ ਉਹ ਦਿਖਾਉਣਾ ਮੈਂ ਆਹ ਰੌਸ਼ਨਦਾਨ ਇਕੱਲਾ ਬਚਿਆ ਪੁਰਾਣੀ ਬਿਲਡਿੰਗ 'ਚੋਂ ਬਾਕੀ ਸਾਰੀ ਬਿਲਡਿੰਗ ਤਾਂ ਨਵੀਂ ਬਣ ਗਈ ਆ ਇੱਕ ਆ ਰੌਸ਼ਨਦਾਨ ਬਚਿਆ ਇੱਕ ਆ ਨਾਲ ਪੰਤਾਲਾ ਦੀ ਨਾ ਜਿਹੜਾ ਇਹ ਆ ਇਹ ਸਕੂਲ ਦੇ ਵਿੱਚ ਨਾ ਸਾਡੇ ਬਹੁਤ ਵਧੀਆ ਪਾਰਕ ਬਣੀ ਹੋਈ ਆ ਇਹ ਹੁਣ ਇਹ ਬਣੀ ਆ ਥੋੜ੍ਹਾ ਟਾਈਮ ਹੀ ਹੋਇਆ ਇਹਨੂੰ ਅਤੇ ਆਹ ਪਾਰਕ ਬਣੀ ਹੋਈ ਆ ਬੱਚਿਆਂ ਦੇ ਖੇਡਣ ਵਾਸਤੇ ਬਹੁਤ ਸੋਹਣੀ ਪਾਰਕ ਬਣੀ ਹੋਈ ਆ ਇਹ ਅਤੇ ਆਹ ਆ ਸਾਡਾ ਸਕੂਲ ਪ੍ਰਾਇਮਰੀ ਇਹ ਪੁਰਾਣੀ ਬਿਲਡਿੰਗ ਢਾਹ ਕੇ ਨਵੀਂ ਬਿਲਡਿੰਗ ਬਣ ਗਈ ਬਹੁਤ ਸੋਹਣਾ ਸਕੂਲ ਆ ਸਾਡਾ ਇਹ ਸਰਕਾਰੀ ਪ੍ਰਾਇਮਰੀ ਸਕੂਲ ਇਹ ਆ ਜੀ ਸਾਡੇ ਪਿੰਡ ਦਾ ਪ੍ਰਾਇਮਰੀ ਸਕੂਲ ਅਸੀਂ ਵੀ ਇੱਥੇ ਹੀ ਪੜ੍ਹੇ ਹਾਂ ਜੀ 1961 ਦੇ ਵਿੱਚ ਇਹਦੀ ਬਿਲਡਿੰਗ ਬਣੀ ਸੀ ਪਹਿਲਾਂ ਪੁਰਾਣੀ ਉਟਾਤੀ ਅਤੇ ਨਵੀਂ ਬਣ ਗਈ ਬਿਲਡਿੰਗ ਆਹ ਅਤੇ ਉਹ ਕਮਰੇ ਨੇ ਕੁਛ ਪੁਰਾਣੇ ਬਣੇ ਹੋਏ ਨੇ ਇਹ ਅਤੇ ਆਹ ਪਾਰਕ ਆ ਬੱਚਿਆਂ ਦੇ ਖੇਡਣ ਵਾਸਤੇ ਬਹੁਤ ਸੋਹਣੀ ਪਾਰਕ ਬਣੀ ਹੋਈ ਆ ਅਤੇ ਉਹ ਕਮਰੇ ਨੇ ਪੁਰਾਣੇ ਇਹ ਸਕੂਲ ਆ ਜੀ ਸਾਡੇ ਪਿੰਡ ਦਾ ਇਹ ਪਿੰਡ ਆ ਜੀ ਉਰੇ ਸਕੂਲ 'ਚ ਪੜ੍ਹੇ ਹਾਂ ਅਸੀਂ ਖੇਡਦੇ ਹੁੰਦੇ ਕੁੱਟ ਖਾਂਦੇ ਹੁੰਦੇ ਸੀ ਉਰੇ ਜੀ ਅਤੇ ਆਹ ਸਕੂਲ ਆ ਸਾਡੇ ਪਿੰਡ ਦਾ ਜੀ ਪ੍ਰਾਇਮਰੀ ਸਕੂਲ ਆ ਸਾਡੇ ਪਿੰਡ ਦਾ ਇਹ ਆਹ ਬੱਚਿਆਂ ਨੂੰ ਦੱਸ ਦਿੰਦੇ ਜਾਣੀ ਕੰਧਾਂ ਦੇ ਉੱਤੇ ਲਿਖਤਾ ਨਾ ਪਤਾ ਲੱਗ ਜਾਂਦਾ ਸਾਡੇ ਵੇਲੇ ਵੀ ਕੁਛ ਨਾ ਕੁਛ ਉਦੋਂ ਲਿਖਿਆ ਹੁੰਦਾ ਸੀਗਾ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ ਇੱਦਾਂ ਕੰਧਾਂ ਦੇ ਉੱਤੇ ਲਿਖੇ ਹੁੰਦੇ ਸੀ ਸ਼ਬਦ ਇਹ ਸਕੂਲ ਆ ਜੀ ਮੇਰੇ ਪਿੰਡ ਦਾ ਦਰਾਹੇ ਦਾ ਇਹ ਆ ਜੀ ਸਾਡੇ ਦਰਾਹੇ ਵਾਲੀ ਨਹਿਰ ਜਿਹੜੀ ਦਰਾਹੇ ਦੀ ਖੂਬਸੂਰਤੀ ਨੂੰ ਹੋਰ ਵੀ ਬਹੁਤ ਜ਼ਿਆਦਾ ਵਧਾਉਂਦੀ ਹੈ ਬਾਕੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਯਾਰ ਸਾਡਾ ਹੌਂਸਲਾ ਜ਼ਰੂਰ ਵਧਾਇਓ